ਹੁਣ ਗਰੋਸਰੀ ਸਟੋਰ 'ਤੇ ਮਿਲੇਗੀ ਬੀਅਰ, ਸਰਕਾਰ ਨੇ ਦੇ ਦਿੱਤੀ ਮਨਜ਼ੂਰੀ, ਪੇਸ਼ਾ ਹਰਸੁਖ ਟੀਵੀ ਦੀ ਇੱਕ ਰਿਪੋਰਟ। ਓਨਟੋਰੀਓ ਵਾਸੀਆਂ ਲਈ ਇਸ ਵੇਲੇ ਬਹੁਤ ਹੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਹੁਣ ਗਰੋਸਰੀ ਸਟੋਰਾਂ ਤੋਂ ਵੀ ਬੀਅਰ ਅਤੇ ਅਲਕੋਹਲਿਕ ਡਰਿੰਕ ਮਿਲਣਗੀਆਂ, ਜਿਸ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਸਥਾਨਕ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ। ਇਸ ਸੰਬੰਧੀ ਤਾਂ LCO ਦੇ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ ਸੀ। ਇਸ ਹੜਤਾਲ ਨੂੰ ਵੇਖਦਿਆਂ ਓਨਟੋਰੀਓ ਸਰਕਾਰ ਵੱਲੋਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਗਰੋਸਰੀ ਸਟੋਰਾਂ ਨੂੰ ਰੈਡੀ ਟੂ ਡਰਿੰਕ ਅਲਕੋਹਲਿਕ ਬੈਵਰੇਜ ਅਤੇ ਬੀਅਰ ਦੇ ਵੱਡੇ ਡੱਬੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। 18 ਜੁਲਾਈ ਤੋਂ ਗਰੋਸਰੀ ਸਟੋਰ 'ਤੇ ਬੀਅਰ ਅਤੇ ਸਾਈਡਰ ਅਤੇ ਵਾਈਨ ਵਿਕਣ ਲੱਗੇਗੀ। ਇਸ ਤੋਂ ਪਹਿਲਾਂ ਇਸ ਦੀ ਸ਼ੁਰੂਆਤ 1 ਅਗਸਤ ਤੋਂ ਸ਼ੁਰੂ ਹੋਣੀ ਸੀ, ਪਰ ਸੂਬਾ ਸਰਕਾਰ ਨੇ ਹੁਣ ਸਮੇਂ ਤੋਂ ਪਹਿਲਾਂ ਹੀ ਗਰੋਸਰੀ ਸਟੋਰਾਂ ਨੂੰ ਇਹ ਸਭ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵਿਕਰੀ ਲਈ ਕੁਝ ਆਦੇਸ਼ ਵੀ ਜਾਰੀ ਕੀਤੇ ਨੇ। ਸੋਮਵਾਰ ਨੂੰ ਗੌਰਮੈਂਟ ਨੇ ਕਿਹਾ ਕਿ ਬਾਰ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਸ਼ਰਾਬ ਲਿਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਪਰ ਦੋਵੇਂ ਸੰਬੰਧ ਕਾਰੋਬਾਰੀ ਕੋਲ ਜਾਇਜ਼ ਲਾਇਸੈਂਸ ਹੋਵੇ ਅਤੇ ਦੋਵੇਂ ਥਾਂ ਮਾਲਕੀ ਅਧੀਨ ਹੋਵੇ। ਉੱਧਰ ਮੁਲਾਜ਼ਮ ਯੂਨੀਅਨ